ਇਹ ਇੱਥੋਂ ਤੱਕ ਮੈਂ ਖਾ ਖਾ ਲਿਆ, ਇਹ ਵੱਟ ਤੱਕ ਬਰਾਬਰ, ਇਹ ਤੋੜ, ਇਹ ਜਿੰਨਾ ਵੀ ਖਾਲ ਮੈਂ ਹੀ ਖਾ ਲਿਆ। ਇਹ ਨਾਲ ਕਣਕ ਮਸ਼ੀਨ ਉਹਦੇ ਟਰੈਕਟਰ ਦੇ ਨਾਲ ਕਣਕ ਵੱਢ ਕੇ ਅਤੇ ਜਿਹੜੀ ਇਹ ਬੰਨਣੀ ਬਾਅਦ 'ਚੋਂ ਹੁੰਦੀ ਹੈ ਇਹ ਸਾਰੀ। ਅਤੇ ਮਾਸ਼ਾਅੱਲਾ ਗਰਮੀਆਂ ਦੇ ਵਿੱਚ ਰੌਣਕ ਲੱਗੀ ਰਹਿੰਦੀ ਖੇਤਰ ਦੇ ਵਿੱਚ, ਸਾਰੇ ਭਰਾ ਹਾਰੇ ਲੱਗੇ ਰਹਿੰਦੇ ਨੇ। ਰਮਜ਼ਾਨ ਦਾ ਮਹੀਨਾ ਹੈ ਅਤੇ 18ਵਾਂ ਰੋਜ਼ਾ ਹੈ ਅੱਜ ਮਾਸ਼ਾਅੱਲਾ। ਅਤੇ ਇਹ ਕਣਕ ਜੇ ਨਾਲ ਵਾਲੀ ਕਣਕ ਜੇ ਪੱਕ ਗਈ ਹੈ ਅਤੇ ਇਹ ਜੇ ਇਹਦੇ ਵਾਢੇ ਨਹੀਂ ਲੱਭੇ ਅਤੇ ਇਹ ਖਾਲ ਦੇ ਵਿੱਚ ਗੰਦ ਕਿੰਨਾ ਹੈ ਸ਼ਤੋ ਅਤੇ ਅਤੇ ਅਗਰ ਇਸ ਸਾਈਡ 'ਤੇ ਮੈਂ ਤੁਹਾਨੂੰ ਵਹਾਵਾਂ, ਇਸ ਸਾਈਡ 'ਤੇ ਤੁਸੀਂ ਵੇਖ ਲਓ ਸਾਰੀ ਕਣਕ ਗਈ ਅਜੇ ਕੁਝ ਗਾਉਣ ਵਾਲੀ। ਅਤੇ ਇਸ ਤੋਂ ਅੱਗੇ ਬਾਗ ਹੈਗਾ, ਇਹ ਸਾਡਾ ਖੇਤਰ ਵੱਜਦਾ ਇਸ ਸਾਈਡ 'ਤੇ, ਵੱਜਦਾ ਡੱਬਰ ਵਾਲਾ ਖੇਤਰ, ਡੱਬਰ ਜਿਹਨੂੰ ਕਿਹਾ ਜਾਂਦਾ, ਜਿਹਦੇ 'ਚ ਰਕਬਾ ਜ਼ਿਆਦਾ ਹੋਵੇ ਉਹ ਖੇਤਰ ਦੇ ਵਿੱਚ ਇਹ ਕਣਕ। ਇਹ ਖਾਲ ਦੇ ਉੱਤੇ ਸਾਡੇ ਵਾਲੀ ਸਾਈਡ 'ਤੇ ਦਰਖਤ ਬਹੁਤ ਜ਼ਿਆਦਾ ਲੱਗੇ ਹੋਏ ਨੇ ਅਤੇ ਇਹ ਕਣਕ ਵੀ ਨਾਲ ਪੱਕੀ ਖਲੀ ਅੱਲਾ ਦੇ ਹੁਕਮ ਦੇ ਨਾਲ। ਇਹ ਕਿੱਲੇ ਜਿਹੜੇ ਨੇ ਦੋ ਤਿੰਨ, ਇਹ ਮਸ਼ੀਨ ਦੇ ਨਾਲ ਹੀ ਗੁਆ ਕੇ ਅਤੇ ਮਸ਼ੀਨ ਦੇ ਨਾਲ ਹੀ ਕਣਕ ਘਰ, ਡਰੈਕਟ ਡਰੈਕਟ ਹੀ ਕਣਕ ਘਰ। ਇਹ ਵੀ ਬੂਟੇ ਲੱਗੇ ਨੇ ਮਰੂਤਾਂ ਦੇ, ਫਲ ਵੀ ਲੱਗਾ ਅਤੇ ਹੁਣ ਗਰਮੀਆਂ ਦਾ ਫਲ ਲੱਗਣਾ, ਸਰਦੀਆਂ ਦਾ ਫਲ ਲੈ ਗਿਆ ਖਾਲ ਦੇ ਉੱਤੇ। ਅਤੇ ਇਸ ਰਸਤੇ ਆਪਾਂ ਆਏ ਹਾਂ, ਸੂਰਜ ਨਿਕਲਦਾ ਪਿਆ। ਇਹ ਸਾਹਮਣੇ ਬਾਗ ਹੈਗਾ, ਆਪਾਂ ਚੱਲਦੇ ਹਾਂ ਇਸ ਸਾਈਡ ਤੋਂ ਇੱਥੋਂ। ਉਹ ਮੋਟਰਸਾਈਕਲ ਆਪਣੀ ਖਲੀ, ਕੁਝ ਭਰੀਆਂ ਆ ਪਈਆਂ ਗਰਮੀਆਂ ਦੇ ਵਿੱਚ। ਵੈਸੇ ਅੱਲਾ ਦਾ ਬੜਾ ਸ਼ੁਕਰ ਹੈ, ਸਾਰੇ ਕੰਮਾਂ ਕਾਰਾਂ ਦੇ ਲੱਗੇ ਹੁੰਦੇ ਨੇ। ਅਤੇ ਤੁਸੀਂ ਮੈਨੂੰ ਅੱਜ ਇਹ ਵੀ ਦੱਸਣਾ ਕਿ ਕਿਹੜੇ ਕਿਹੜੇ ਰੋਜ਼ੇ ਰੱਖਦੇ ਨੇ ਅਤੇ ਕਿਹੜੇ ਕਿਹੜੇ ਰੋਜ਼ੇ ਨਹੀਂ ਰੱਖਦੇ, ਅਤੇ ਗਰਮੀ ਕਿਸ ਇਲਾਕੇ 'ਚ ਜ਼ਿਆਦਾ ਪੈਂਦੀ ਹੈ। ਮੋਟਰਸਾਈਕਲ ਆ ਗਈ ਆਪਣੀ ਲਾਗੇ, ਅਤੇ ਇਹ ਜਵਾਰਾਂ ਵੀ ਬੀਜੀਆਂ ਨੇ ਅਤੇ ਮੈਂ ਵੀ ਜਵਾਰ ਬੀਜੀ ਮਾਸ਼ਾਅੱਲਾ। ਅੱਲਾ ਦੇਖੋ ਨਾ, ਜਵਾਰ ਆਪਣੀ ਵੀ ਬੜੀ ਅੱਛੀ ਉੱਗਦੀ ਪਈ। ਚਲੋ ਅੱਲਾ ਪਾਕ ਨੂੰ ਪਤਾ ਹੈ ਕਿ ਮੇਰੇ ਬੰਦੇ ਮਿਹਨਤ ਕਰਦੇ ਨੇ ਅਤੇ ਮੈਂ ਮਿਹਨਤ ਦਾ ਫਲ ਦੇਣਾ ਉਹਨਾਂ ਨੂੰ। ਇਹ ਆਪਣੀ ਮੋਟਰਸਾਈਕਲ ਆ ਗਈ, ਆ ਨਹੀਂ ਗਈ ਖਲੀ ਇੱਥੇ, ਇਹ ਜਵਾਰ ਬੀਜੀ। ਹੁਣ ਆਪਾਂ ਜਿਹੜਾ ਹੈ ਨਾ ਮੋਟਰਸਾਈਕਲ ਨੂੰ ਚੱਲੀਏ ਘਰ। ਮੈਂ ਬਹਿਣ ਲੱਗਾ ਹੁਣ ਮੋਟਰਸਾਈਕਲ 'ਤੇ ਅਤੇ ਮੋਟਰਸਾਈਕਲ 'ਤੇ ਚੱਲਦੇ ਹਾਂ ਘਰ, ਅਤੇ ਉਸ ਤੋਂ ਬਾਅਦ ਬਾਬਾ ਜੀ ਚੱਲ ਕੇ ਥੋੜ੍ਹਾ ਜਿਹਾ ਆਰਾਮ ਕਰਨੇ ਆ, ਕਿਉਂਕਿ ਕੰਮ ਕੀਤਾ ਰੋਜ਼ੇ ਦੇ ਨਾਲ ਹੀ, ਅਤੇ ਬਾਕੀ ਕੰਮ ਬਾਅਦ ਦੇ ਵਿੱਚ ਹੋਣਗੇ। ਜਾ ਕੇ ਪਹਿਲਾਂ ਬਹਿਣੇ, ਡੰਗਰਾਂ ਡੁੰਗਰਾਂ ਨੂੰ ਪੱਠੇ ਪੁੱਠੇ ਪਾਏ ਨੇ ਕਿ ਨਹੀਂ, ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਅਗਲਾ ਕੰਮ ਫਿਰ ਕਰਾਂਗੇ ਆਪਾਂ। ਠੀਕ ਹੈ, ਹੁਣ ਅਗਲੀ ਵੀਡੀਓ ਵਾਸਤੇ ਜ਼ਿਆਦਾ ਚਾਹਣਾ, ਅੱਲਾ ਹਾਫਿਜ਼।